नमस्कार, स्वागत है पंजाब टीवी न्यूज ते। मैं हरकेश सिंह राणा इस वेले खबर लेके हाजिर हो नंगल तो। नंगल दे विच अज चिराग एजेंसी गैस एजेंसी दे उन्हां वर्करां नूं सन्मानित किया गया जो इस कोरोना वायरस दे चलदे होए घर घर जाके गैस की सप्लाई कर रहे ने। वेखो साडी रिपोर्ट अविनाश शर्मा दे नाल। ਦੱਸਣਾ ਚਾਹੁੰਦੇ ਆ ਕਿ ਲਾਕਡਾਊਨ ਦੇ ਚਲ ਜ਼ਰੂਰੀ ਵਸਤੂਆਂ ਦੀ ਸਪਲਾਈ ਵਿਚ ਗੈਸ ਦੀ ਸਪਲਾਈ ਘਰ ਘਰ ਤੱਕ ਪਹੁੰਚਾਉਣ ਵਾਲੇ ਚਿਰਾਗ ਗੈਸ ਏਜੰਸੀ ਦੇ ਵਰਕਰਾਂ ਨੂੰ ਅੱਜ ਨੰਗਲ ਵਿਚ ਵੱਖ ਵੱਖ ਸਮਾਜ ਸੇਵਕਾਂ ਵੱਲੋਂ ਸਨਮਾਨਿਤ ਕੀਤਾ ਗਿਆ। ਸਮਾਜ ਸੇਵਕਾਂ ਨੇ ਕਿਹਾ ਉਹ ਸਮੂਹ ਲੋਕ ਸਨਮਾਨ ਦੇ ਹੱਕਦਾਰ ਹਨ ਜੋ ਇਸ ਲਾਕਡਾਊਨ ਦੇ ਚਲਦਿਆਂ ਆਪਣੀ ਜਾਨ ਜੋਖਿਮ ਵਿਚ ਪਾ ਕੇ ਸੇਵਾ ਕਰ ਰਹੇ ਹਨ। ਅੱਜ ਅਸੀਂ ਇੱਥੇ ਚਿਰਾਗ ਗੈਸ ਏਜੰਸੀ ਦੇ ਜੋ ਵਰਕਰ ਹੈ ਜਿਨ੍ਹਾਂ ਨੇ ਕੋਰੋਨਾ ਦੇ ਵਿਚ ਲੋਕਾਂ ਦੀ ਘਰ ਘਰ ਜਾ ਕੇ ਸੇਵਾ ਕੀਤੀ, ਗੈਸ ਦਿੱਤੀ, ਅਸੀਂ ਉਨ੍ਹਾਂ ਨੂੰ ਸਨਮਾਨਿਤ ਕਰਨਾ ਚਾਹੁੰਦੇ। ਇਹਦਾ ਮੁੱਖ ਮਕਸਦ ਇਹ ਸੀ ਕਿ ਅੱਜ ਜਦੋਂ ਕੋਰੋਨਾ ਦਾ ਪ੍ਰਕੋਪ ਚੱਲ ਰਿਹਾ, ਲੋਕ ਅੰਦਰ ਹੀ ਬੜੇ ਹੋਏ ਹੈ, ਲੇਕਿਨ ਇਹ ਸਾਡੇ ਨੌਜਵਾਨ ਵੀਰ ਲੋਕਾਂ ਦੀ ਸੇਵਾ ਕਰ ਰਹੇ ਹੈ। ਇਹ ਸੇਵਾ ਭਾਵਨਾ ਨਾਲ ਘਰ ਘਰ ਜਾ ਕੇ ਲੋਕਾਂ ਨੂੰ ਸਪਲਾਈ ਦੇ ਰਹੇ ਹੈ ਔਰ ਇਹਨਾਂ ਨਿਰੰਤਰ ਸਪਲਾਈ ਜਾਰੀ ਰੱਖੀ ਤਾਂ ਅਸੀਂ ਇਹ ਸੋਚਿਆ ਕਿ ਇਨ੍ਹਾਂ ਨੇ ਜਿਨ੍ਹਾਂ ਨੇ ਬਿਮਾਰੀ ਦਾ ਡਟ ਕੇ ਮੁਕਾਬਲਾ ਕੀਤਾ ਤੇ ਲੋਕਾਂ ਨੂੰ ਸੇਵਾ ਕੀਤੀ, ਅਸੀਂ ਇਨ੍ਹਾਂ ਨੂੰ ਲਾਜ਼ਮੀ ਤੌਰ ਤੇ ਸਨਮਾਨਿਤ ਕਰੀਏ। ਦੇਖੋ, ਅੱਜ ਅਸੀਂ ਚਿਰਾਗ ਇੰਡੈਨ ਦੇ ਜਿਹੜੇ ਮਾਲਕ ਹੈਗੇ ਜੱਜੀ ਜੀ, ਉਨ੍ਹਾਂ ਦੇ ਜਿਹੜੇ ਵਰਕਰਸ ਹੈਗੇ ਆ ਇੱਥੇ ਜਿਹੜੇ ਘਰ ਘਰ ਪਿਛਲੇ 22-23 ਦਿਨ ਤੋਂ ਸਪਲਾਈ ਕਰਾ ਰਹੇ ਗੈਸ ਡੋਰ ਟੂ ਡੋਰ, ਉਨ੍ਹਾਂ ਨਾਲ ਹੌਸਲਾ ਅਫਜ਼ਾਈ ਕੀਤਾ ਹੈ, ਉਨ੍ਹਾਂ ਨੂੰ ਸਨਮਾਨਿਤ ਕੀਤਾ ਹੈ ਤਾਂ ਜੋ ਉਨ੍ਹਾਂ ਦਾ ਹੌਸਲਾ ਜਿਹੜਾ ਕਿ ਇਸ ਕੋਰੋਨਾ ਦੇ ਵਿਚ ਉਹ ਘਰ ਘਰ ਲੋਕਾਂ ਨੂੰ ਗੈਸ ਪਜਾ ਰਹੇ ਔਰ ਲੋਕੀ ਘਰ ਵਿਚ ਬੈਠ ਕੇ ਗੈਸ ਦਾ ਆਨੰਦ ਲੈ ਰਹੇ ਹੈ, ਘਰਾਂ ਦੇ ਵਿਚੋਂ ਬਾਹਰ ਨਹੀਂ ਨਿਕਲ ਰਿਹਾ, ਬਹੁਤ ਵੱਡੀ ਉਨ੍ਹਾਂ ਲਈ ਇਕ ਪ੍ਰਾਪਤੀ ਹੈਗੀ ਹੈ ਜਿਹੜੇ ਇਨ੍ਹਾਂ ਨੇ ਕੀਤੀ ਹੈ। ਇਨ੍ਹਾਂ ਨੂੰ ਪ੍ਰੋਤਸਾਹਨ ਕਰਨ ਲਈ ਅਸੀਂ ਇਨ੍ਹਾਂ ਦੇ ਮਾਲਕ ਤੇ ਇਨ੍ਹਾਂ ਦੇ ਜਿਹੜੇ ਵਰਕਰ ਸੇ ਉਹ ਸਭ ਨੂੰ ਅਸੀਂ ਸਨਮਾਨਿਤ ਕੀਤਾ ਹੈ ਕਿ ਇਹ ਕੋਰੋਨਾ ਦੀ ਜਿਹੜੀ ਇਸ ਤਰ੍ਹਾਂ ਦੀ ਲੜਾਈ ਚ ਆਪਣਾ ਹਿੱਸਾ ਪਾ ਰਿਹਾ, ਬਹੁਤ ਵੱਡਾ ਹਿੱਸਾ ਹੈਗਾ, ਤਾਂ ਉਹਦੇ ਕਰਕੇ ਅੱਜ ਇਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ। ਤੇ ਸਾਰੇ ਸਮਾਜ ਸੇਵਕ ਜੀ ਨੰਗਲ ਦੇ ਵਿਚ ਜਿਹੜੇ ਇਸ ਵੇਲੇ ਦੇਖ ਰਹੇ ਹੈ, ਕਿਉਂਕਿ ਇਸ ਵੇਲੇ ਕੋਈ ਕਿਸੇ ਪਾਰਟੀਬਾਜ਼ੀ ਦਾ ਕੋਈ ਮਤਲਬ ਨਹੀਂ ਹੈ, ਅਸੀਂ ਸਮਾਜ ਦੇ ਸਾਰੇ ਬੰਦੇ ਇਕੱਠੇ ਹੋ ਕੇ ਇਨ੍ਹਾਂ ਨੂੰ ਕਰ ਰਹੇ, ਪ੍ਰੋਤਸਾਹਨ ਕਰ ਰਹੇ ਕਿ ਛੇਤੀ ਤੋਂ ਛੇਤੀ ਜਿਹੜਾ ਕੋਰੋਨਾ ਖਤਮ ਹੋਵੇ ਸਾਡੇ ਦੇਸ਼ ਤੋਂ। ਤਾਂ ਜਿਹੜੇ ਇਸ ਤਰ੍ਹਾਂ ਦੇ ਬੰਦੇ ਹੈਗੇ ਜਿਹੜੇ ਏਜੰਸੀਜ਼ ਵਾਲੇ ਹੈਗੇ ਜਿਹੜੇ ਕੰਮ ਕਰ ਰਹੇ ਆ ਉਹਨਾਂ ਨੂੰ ਪ੍ਰੋਤਸਾਹਨ ਕਰਨ ਲਈ ਸਾਰੀ ਜਿਹੜੀਆਂ ਸੰਸਥਾਵਾਂ ਉਹਨਾਂ ਵੱਲੋਂ ਜਿਹੜਾ ਇਨ੍ਹਾਂ ਨੂੰ ਸਨਮਾਨਿਤ ਕੀਤਾ ਜਾ ਰਿਹਾ। ਗੈਸ ਏਜੰਸੀ ਵਾਲੇ ਇਨ੍ਹਾਂ ਦੇ ਵਰਕਰਸ ਨੂੰ ਸਨਮਾਨਿਤ ਕੀਤਾ ਗਿਆ। ਐਕਚੁਅਲੀ ਐਡੀ ਜ਼ਿਆਦਾ ਸਾਡੀ ਇਹ ਵਾਇਰਸ ਜਿਹੜਾ ਹੈਗਾ ਬਹੁਤ ਹੀ ਖਤਰਨਾਕ ਹੈਗਾ, ਉਸ ਦੇ ਬਾਵਜੂਦ ਵੀ ਇਹ ਜਿਹੜੇ ਸਾਡੇ ਵਰਕਰ ਹੈਗੇ ਇਹ ਬਹੁਤ ਅੱਛੀ ਤਰ੍ਹਾਂ ਆਪਣਾ ਕੰਮ ਕਰ ਰਹੇ ਔਰ ਵਿਦਆਊਟ ਉਨ੍ਹਾਂ ਨੂੰ ਕੋਈ ਡਰ ਕਿ ਸਾਨੂੰ ਬਿਮਾਰੀ ਹੋ ਜੂਗੀ, ਉਹ ਘਰ ਘਰ ਜਾ ਕੇ ਸੇਵਾ ਆਪਣੀ ਦੇ ਰਹੇ।